ਸਾਹਿਬ ਕੀ ਕਹਿੰਦੇ, ਕੀ ਫਰਮਾਇਆ ਜੀ ਉਹਨਾਂ ਨੇ? ਕਹਿੰਦੇ ਰਾਣਾ ਸਾਹਿਬ ਹਰਾਮਦਾਰੀ ਕਰ ਜਾਂਦਾ ਪਹਿਲਾਂ, ਕਿ ਗੱਡੀ ਤੁਰੀ ਵੀ ਆਉਂਦੀ ਨਾਲ ਪੱਠੇ ਵੀ ਖਾਈ ਜਾਂਦੇ ਹੀ ਆ, ਕਿਉਂਕਿ ਟਾਇਰ ਪਾਟਾ ਤੋਂ ਪੈਂਚਰ ਵਾਲਾ ਕਹਿੰਦਾ ਭਾਵੇਂ ਇਹਦਾ ਟਾਇਰ ਵੀ ਪਵਾ, ਹੁਣ ਮੈਂ ਕੋਈ ਪੈਂਚਰ ਨੀ ਲੱਗਦਾ, ਮੇਰੀ ਉਹ ਗੱਡੀ ਆ। ਮੈਂ ਵੀ ਦੋਸਤੋ ਵੀਡੀਓ ਲੈ ਕੇ ਆਇਆ ਤੁਹਾਡੇ ਵਾਸਤੇ, ਬਹੁਤ ਵਧੀਆ ਵੀਡੀਓ ਆ, ਪੂਰਾ ਇੰਜੋਏ ਕਰੋਗੇ ਤੁਸੀਂ ਇਸ ਵੀਡੀਓ ਨੂੰ, ਬਹੁਤ ਜ਼ਿਆਦਾ ਕਮੇਡੀ ਆ ਇਹਦੇ ਵਿੱਚ। ਇੱਕ ਪ੍ਰੈਂਕ ਕੋਲ ਆ ਜਿਹੜੀ ਕਿ ਮੀਨਾ ਰੰਗਸਾਜ ਨੂੰ ਕੀਤੀ ਗਈ ਆ ਰਾਣਾ ਜਾਜ ਸਾਹਿਬ ਵੱਲੋਂ, ਅਤੇ ਆਓ ਮਿਲ ਕੇ ਵੀਡੀਓ ਦੇਖਦੇ ਹਾਂ, ਪੂਰੀ ਲੱਜਤ ਆਊਗੀ ਤੁਹਾਨੂੰ, ਜ਼ਰੂਰ ਦੇਖੋ ਜੀ ਵੀਡੀਓ, ਲਾਸਟ ਤੱਕ ਦੇਖਿਓ, ਪੂਰੀ ਵਧੀਆ ਵੀਡੀਓ ਆ। ਹਾਂ ਜੀ ਚਲੋ ਜੀ ਦੇਖੋ ਜੀ। ਕਹਿੰਦੇ ਰਾਣਾ ਸਾਹਿਬ ਇੱਥੇ ਆ ਸਾਹਿਬ, ਤੇਰੇ ਸਾਹਿਬ ਦੀ ਮੈਂ ਸਾਹਿਬ ਸਾਹਿਬ ਵੇਖ, ਖੱਚਾ ਦਾ ਖੱਚੇ ਆਦਮ ਸਾਹਿਬ 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 ਵੇਖ ਲੈ, ਫੜ ਕੇ ਬੰਦਾ ਸਕੂਟਰ ਤੋਂ ਲਾ ਕੇ ਉਹ ਤੈਨੂੰ ਤੌਣੀ ਲਾਵੇ ਸਾਹਿਬ ਸਾਹਿਬ, ਇੱਕ ਤੇ ਸਾਰਿਆਂ ਨੇ ਸਾਹਿਬ ਤੇ ਲਾਇਆ, ਸਾਰਾ ਅੱਗੋਂ ਮੈਨੂੰ ਲਾ ਦਿੰਦਾ ਸਾਹਿਬ ਤੇ। ਸਾਹਿਬ ਕੀ ਕਹਿੰਦੇ, ਕੀ ਫਰਮਾਇਆ ਜੀ ਉਹਨਾਂ ਨੇ? ਕਹਿੰਦੇ ਰਾਣਾ ਸਾਹਿਬ ਮੈਂ ਹਾਂਜੀ ਚਾਚਾ ਜੀ ਹਾਂਜੀ ਚਾਚਾ ਜੀ, ਦੇਖ ਤਾਬੇਦਾਰੀਆਂ ਸਾਰੇ ਦੀਆਂ ਤਾਬੇਦਾਰੀਆਂ ਦੇਖ, ਜਿੰਨੀ ਤਾਬੇਦਾਰੀ ਕਰਦਾ ਅੱਗੋਂ ਸਾਰੀ ਹਰਾਮਦਾਰੀ ਕਰ ਜਾਂਦਾ ਪਹਿਲਾਂ। ਅੱਛਾ ਫੇਰ ਕਹਿੰਦੇ ਜੀ ਤੇਰਾ ਯਾਰ ਜਿਹੜਾ ਆ, ਜੇ ਤੂੰ ਇੰਨੀਆਂ ਹੀ ਤਾਰੀਫਾਂ ਕਰਨ ਡਿਆ ਤੇ ਉਹਨੂੰ ਮਾਰ ਕਿਉਂ ਨਹੀਂ ਦਿੰਦਾ? ਥਾਂ ਇੱਕੋ ਵਾਰੀ ਜਾਨੋ ਹੀ ਮਾਰਦੇ ਹੋ। ਕਹਿੰਦਾ ਤਾਰੀਫ, ਤੂੰ ਤਾਰੀਫਾਂ ਕਰਨ ਡਿਆ, ਕਿੰਨੀਆਂ ਗੱਡੀਆਂ ਲੈ ਕੇ ਆਏਗਾ ਤੇਰਾ ਯਾਰ? ਓਏ ਮਰ ਗਈ ਓਏ। ਮੈਂ ਕਿਹਾ ਚਾਚਾ ਜੀ? ਕਹਿੰਦੇ ਹਾਂਜੀ ਰਾਣਾ ਸਾਹਿਬ। ਮੈਂ ਕਿਹਾ ਜੰਜ ਦੀਆਂ ਜਿੰਨੀਆਂ ਗੱਡੀਆਂ ਨੇ ਉਹ ਸਾਰੀਆਂ ਮੇਰਾ ਯਾਰ ਲੈ ਕੇ ਆਏਗਾ ਪਜਾਰੋ ਸਮੇਤ। ਇੱਥੇ ਰੱਖੋ ਕਿਸੇ ਪੁੱਤਰਾ, ਇੱਥੇ ਰੱਖੋ ਕਿਸੇ ਚਮਲਸਤਾਨ, ਅੱਜ ਹੀ ਖੁਸ਼ ਕੀਤਾ ਓਏ ਕਿਸੇ ਫੁਸਲੇ ਆਦਮ, ਓਏ ਉਹ ਸ਼ੁਕਲੇ ਆਦਮ, ਓਏ ਉਹਨੂੰ ਤੇ ਪਠਸਤਾਨ ਖੁਸ਼ ਕੀਤਾ ਮੈਨੂੰ। ਇੰਨੀਆਂ ਗੱਡੀਆਂ, 30 ਗੱਡੀਆਂ ਜਾਣੀਆਂ, ਸਭ ਤੋਂ ਅੱਗੇ V8 ਹੋਏਗਾ, ਉਹਦੇ ਪਿੱਛੇ ਕਰੂਜ਼ਰਾਂ ਆਉਣਗੀਆਂ, ਫਾਰਚੂਨਰਾਂ ਆਉਣਗੀਆਂ, ਮਰਸਡੀਜ਼ ਆਉਣਗੀਆਂ। ਮੈਂ ਕਿਹਾ 30 ਗੱਡੀਆਂ ਤੇਰੇ ਤੇਰੇ ਤੇਰੀ ਗਲੀ ਚੋਂ ਬੰਦਾ ਲੰਘਣ ਜੋਗੀ ਜਗ੍ਹਾ ਨਹੀਂ ਰਹਿਣੀ, ਇੰਨੀਆਂ ਗੱਡੀਆਂ ਲਾ ਦੇਣੀਆਂ। ਮੈਂ ਕਿਹਾ ਕਿਤੇ ਵੀ ਨਹੀਂ ਤੇ ਮੈਂ ਕਿਹਾ ਸਾਰੀਆਂ ਕਾਲੇ ਰੰਗ ਦੀਆਂ ਹੋਣਗੀਆਂ, ਜਿੱਥੋਂ ਮਰਜ਼ੀ ਸਾਡਾ ਯਾਰ ਲੱਭ ਕੇ ਲਿਆਵੇ। ਸਾਡਾ ਯਾਰ ਦੁਨੀਆ 'ਚ ਕਿਤੇ ਵੀ ਫੋਨ ਕਰੇ ਅਗਲੇ ਉੱਠ ਕੇ ਕੁਰਸੀ ਤੇ ਖੜੋ ਜਾਂਦੇ ਆ ਕਿ ਜੀ ਮੀਨਾ ਜੀ ਹੁਕਮ ਕਰੋ ਜ਼ਰਾ। ਓਏ ਓਏ ਦੁਨੀਆ ਦੇ ਅਜ਼ੀਮ ਮੰਗਤ, ਓਏ ਚੰਗੜੂ, ਓਏ ਇੰਨੀਆਂ ਗੱਡੀਆਂ ਪਹਿਲੇ ਤੈਨੂੰ ਚੰਗੀ ਤਰ੍ਹਾਂ ਪਤਾ, ਮੈਨੂੰ ਇਹ ਦੱਸ ਇਹ ਜਿਹੜੀ ਫਾਸਟ ਐਂਡ ਫਿਊਰੀਅਸ 9 ਆਈ ਆ ਮੂਵੀ, ਇਹ 'ਚ ਸਾਰੀਆਂ ਗੱਡੀਆਂ ਤੂੰ ਮੈਨੂੰ ਦੇਖਿਆ, ਮੇਰੇ ਕੋਲ ਲੈ ਕੇ ਗਏ ਡਾਇਰੈਕਟਰ, ਮੇਰੇ ਕੋਲ ਇੰਨੀਆਂ ਗੱਡੀਆਂ ਕਿੱਥੋਂ ਆਈਆਂ ਓਏ? ਜੇ ਮੈਂ ਆਪਣੇ ਵਾਲੀ ਗੱਡੀ ਬੇਟੇ ਉੱਥੇ ਲੈ ਗਿਆ ਨਾ, ਜਦੋਂ ਉਹਨਾਂ ਨੇ ਮੇਰੀ ਗੱਡੀ ਦਾ ਇੰਜਨ ਵੇਖਣਾ ਨਾ, ਕਿ ਗੱਡੀ ਤੁਰੀ ਵੀ ਆਉਂਦੀ ਨਾਲ ਪੱਠੇ ਵੀ ਖਾਈ ਜਾਂਦੇ ਹੀ ਆ ਬੇਟੇ, ਤੇਰੀ ਉਹ ਉਹਨਾਂ ਨੇ ਜੁੱਤੀ ਮਾਰ ਮਾਰ ਤੇਰੀ ਤਬੀਅਤ ਰੋਸ਼ਨ ਕਰਨੀ ਆ ਨਾ, ਮੇਰੇ ਕੋਲ ਕਿਹੜੀ ਗੱਡੀ ਆ? ਮੇਰੇ ਕੋਲ ਉਹ ਗੱਡੀ ਆ ਸਾਲਿਆ, ਜਿਹਦਾ 2 ਦਿਨ ਹੋ ਗਿਆ ਟਾਇਰ ਪਾਟਾ ਤੋਂ ਪੈਂਚਰ ਵਾਲਾ ਕਹਿੰਦਾ ਭਾਵੇਂ ਇਹਦਾ ਟਾਇਰ ਵੀ ਪਵਾ, ਹੁਣ ਮੈਂ ਕੋਈ ਪੈਂਚਰ ਨਹੀਂ ਲੱਗਦਾ, ਮੇਰੀ ਉਹ ਗੱਡੀ ਆ ਸਾਲਿਆ, ਮੇਰੀ ਉਹ ਗੱਡੀ ਆ ਜਿਹਦੀ ਬ੍ਰੇਕ ਲਾਉਣ ਲਈ ਮੈਨੂੰ ਪੂਰਾ ਗਿੱਟਾ ਵਿੱਚ ਫਸਾਉਣਾ ਪੈਂਦਾ ਟਾਇਰ ਦੇ, ਮੇਰੀ ਉਹ ਗੱਡੀ ਆ ਭੇਜਾ ਸਾਲਿਆ, ਮੇਰੀ ਉਹ ਗੱਡੀ ਆ ਕਲੀ ਜੇ ਪਾਣੀ ਆਉਂਦਾ ਮੈਂ ਚੁੱਕ ਕੇ ਸਿਰ ਤੇ ਵੀ ਰੱਖ ਕੇ ਲੰਘ ਜਾਂਦਾ, ਭੇਜਾ ਮੇਰੀ ਉਹ ਗੱਡੀ ਆ ਜਿਹਦੇ ਪਿੱਛੇ ਇੱਕ ਵਾਰੀ ਮੇਰੀ ਨਾਨੀ ਬੈਠੀ ਸੀ ਉਹਦਾ ਚੂਲਾ ਟੁੱਟ ਗਿਆ ਪਿੱਛੇ ਡੇਕੇ, ਉਸ ਤੋਂ ਬਾਅਦ ਉਹ ਮੇਰੇ ਨਾਲ ਨਹੀਂ ਬਹਿੰਦੀ, ਭੇਜਾ ਉਹ ਗੱਡੀ ਸਾਲਿਆ, ਮੇਰੀ ਗੱਡੀ ਮੇਰੀ ਗੱਡੀ ਉਹ ਜਿਹੜੀ ਖਲੋਤੀ ਹੋਵੇ ਨਾ ਪਿੱਛੋਂ ਅਗਲੇ ਹਾਰ ਨਹੀਂ ਮਾਰਦੇ ਲੱਤ ਮਾਰਦੇ ਪਰੇ ਕਰੋ ਇਹਨੂੰ, ਭੇਜਾ ਉਹ ਗੱਡੀ ਸਾਲਿਆ, ਮੇਰੀ ਗੱਡੀ ਉਹ ਜਿਹਦੇ ਇਕੱਠੇ 8-10 ਭਗਾਂਡੇ ਬਾਜੀ ਹੈ ਤਾਂ ਉੱਡ ਵੀ ਜਾਂਦੀ ਹੈ, ਭੇਜਾ ਗੱਡੀ। ਮੈਂ ਕਿਹਾ ਚਾਚਾ ਜੀ ਤੂੰ ਕਿਹਾ ਹਾਂਜੀ ਹਾਂਜੀ ਆਖ ਸਾਬਾ ਹੈ ਸਾਬ ਸਭ ਤੈਨੂੰ ਚੂਹੇ ਲੈ ਜਾ ਤੈਨੂੰ। ਮੈਂ ਕਿਹਾ ਚਾਚਾ ਆ ਜਿਹੜੇ ਤੇਰੇ 40-40 ਸਾਲਾਂ ਦੇ ਪੁਰਾਣੇ ਯਾਰ ਆ ਨਾ, ਜਿਲੇ ਵੱਜਣਾ ਨਾ ਅਗਲੇ ਨੂੰ ਜਾ ਕੇ ਬੂਹੇ ਅੱਗੇ ਵੱਜਾ, ਕਈ ਬਾਵਾਂ ਚੱਕਣ ਤਾਂ ਨੂੰ
ਮੈਂ ਕਿਹਾ ਕਿੰਨੇ ਕਿੰਨੇ ਵਾਲੇ ਨੋਟ? ਦਸਾਂ ਵਾਲਾ, ਵੀਹਾਂ ਵਾਲਾ, ਪੰਜਾਹਾਂ ਵਾਲਾ, ਸੌ ਵਾਲਾ, ਪੰਜ ਸੌ ਵਾਲਾ, ਹਜ਼ਾਰ ਵਾਲਾ। ਮੈਂ ਕਿਹਾ ਮੇਰਾ ਯਾਰ ਪੰਜ ਪੰਜ ਹਜ਼ਾਰ ਦੀਆਂ ਵੇਲਾਂ ਦਊਗਾ ਤਾਂ ਦੋ ਘੰਟੇ ਹੱਥ ਨੀ ਥੱਲੇ ਆਊ। ਤੇਰੀ ਖੈਰ ਆ ਗਈ ਉਹ ਕਿਸੇ ਜਿੰਨ ਦੇ ਬੱਚੇ ਆ, ਤੂੰ ਜਿੰਦਾ ਰਵੇ ਓਏ, ਇੱਥੇ ਹਸ਼ਕੇ ਓਏ, ਹਸ਼ਕੇ ਓਏ, ਯਾਰਾਂ ਦੀ ਕੁੱਤੀ ਓਏ, ਮਿਸਰੀ ਬਿੱਲੀਏ, ਓਏ ਕਤੂਰੇ, ਇੱਥੇ ਰੱਖ ਸ਼ਾਬਾਸ਼ ਬੇਟੇ। ਮੁੱਲ ਪਾ ਦੇਣਾ ਯਾਰੀ ਦਾ, ਮੈਂ ਕਹਿੰਦਾ ਮੁੱਲ ਪਾ ਦੇਣਾ, ਏਦਾਂ ਕਰ ਹੁਣੇ ਜਾ ਮੇਰੇ ਵੱਲ, ਤੇ ਅੱਜ ਤਾਂ ਕਿਤੇ ਰੋਹ ਵਾਲੀ ਮਸ਼ੀਨ ਲੱਗੀ ਨਾ, ਚੁੱਕ ਕੇ ਮੀਨਾ ਉਹਦੇ ਵਿੱਚ ਤੁਣ ਦੇ ਸਾਰਿਆ, ਇੱਕੋ ਵਾਰੀ ਰੋਹ ਕੱਢ ਲਾ ਉਹਦੀ ਸਾਰੀ, ਇੱਕੋ ਵਾਰੀ ਰੋਹ ਕੱਢ ਲਾ, ਪਤਾ ਲੱਗੇਗਾ ਯਾਰ ਨੇ ਯਾਰ ਨਾਲ ਕੰਡ ਜੋੜੀ ਆ। ਮੈਂ ਕਿੰਨੀ ਕਿੰਨੀ ਵੇਲ ਦੇਣੀ? ਪੰਜ ਪੰਜ ਹਜ਼ਾਰ ਦੇ ਨੋਟ ਦੀ ਵੇਲ ਦੇਣੀ ਆ, ਤੇ ਜਿਲੇ ਦੇਖੇ ਨਾ ਬਹੁਤਾ ਗੁੱਸਾ ਚੜਿਆ ਤੇ ਵਾਜਿਆਂ ਨੇ ਵੀ ਫੜਾਉਣੇ, ਪੰਜ ਪੰਜ ਹਜ਼ਾਰ ਵਾਲੇ ਖੋਲ ਦੇਣੇ ਨੇ, ਅੰਜ ਤਾਂ ਨੂੰ ਜਾ ਰਿਹਾ ਤੁਦਲਾ ਉੱਡ ਰਹੀਆਂ ਨੇ, ਫਿਕਰ ਹੀ ਨਾ ਕਰ, ਨਿਆਣੇ ਨਿਆਣੇ ਚ ਵੱਡ ਜਿਹੜਾ ਤੇ ਬਾਬੇ ਕਹਿ ਰਿਹਾ ਉਹ ਪਰਾਂ ਕੇ ਸੁੱਟ, ਪਰਾਂ ਕੇ ਸੁੱਟ ਬੇਟੇ, ਬੇਟੇ ਮੁੰਨੇ ਮੁੰਨੇ ਸ਼ਰਾਰਤੀ ਬੇਬੀ, ਗੱਲ ਸੁਣ ਗੱਲ ਸੁਣ, ਜੇ ਤਾਂ ਮੈਨੂੰ ਵਿਆਹ ਤੇ ਖੜਨਾ ਬੇਟੇ, ਇੱਕ ਸੌ ਰੁਪਇਆ ਮੇਰੇ ਕੋਲ ਹੋਣਾ, ਪੰਜਾਹ ਰੁਪਏ ਸਲਾਮੀ ਰਹੀ, ਵੀਹ ਰੁਪਏ ਮੇਰਾ ਕਿਰਾਇਆ ਆਉਂਦਾ ਵੀ ਜਾਣ ਦਾ, ਦਸ ਵਜੇ ਦਸਾਂ ਦੀ ਭਾਲ ਲੈਣੀ ਆ, ਉਹਦੇ ਪੰਜ ਠੀਪੇ ਮਿਲਣੇ ਆ, ਉਹ ਮੈਂ ਤੇਰੇ ਚੱਜ ਦੇ ਮੁੰਡੇ ਦੇ ਮੂੰਹ ਦੇ ਵਿੱਚ ਤੁੰਨ ਦਿਆਂਗਾ, ਉੱਥੇ ਬਾਜੀਆਂ ਦੇ ਸਾਹਮਣੇ ਸਾਰਿਆ, ਐ ਹੀ ਮੇਰੇ ਕੋਲ ਦੌਲਤ ਦੌਲਤਸਤਾਨ। ਮੀਨੇ ਤੂੰ ਗੱਡੀ ਦਾ ਦਰਵਾਜ਼ਾ ਖੋਲਣਾ ਇਹਨੇ, ਤੂੰ ਸਾਲਿਆ ਮੈਂ ਗੱਡੀ ਦੇ ਲਾਗੋ ਲੰਘ ਜਾਂਦਾ, ਅਗਲੇ ਧੌਣ ਬਾਹਰ ਕੱਢ ਲੈਂਦੇ ਵੀ ਥੋਕਣਾ ਸੜ ਜਾਵੇ ਪਰੇ ਹੋ ਜਾਓ, ਮੈਂ ਦਰਵਾਜ਼ਾ ਮੈਨੂੰ ਕਿੱਥੇ ਖੋਲ ਦੇਣਾ, ਕਿਹੜੀ ਨਾਲੇ ਗੱਡੀ ਕਿਹੜੀ ਦਾ? ਨਹੀਂ ਜਿਹੜੀ ਮੇਰੇ ਵਾਲੀ ਗੱਡੀ ਚੋਂ ਨਿਕਲਣਾ ਨਾ ਤੂੰ, ਐਨੂੰ ਫਸਲਾਂ ਨੂੰ ਮੂੰਹ ਕਰਕੇ ਜਿਲੇ ਤੂੰ ਕੁੱਪਾ ਚਾੜਨਾ ਨਾ ਵੱਡਾ, ਵਾਹ ਵਾਹ, ਫਸਲਾਂ ਨੂੰ ਮੂੰਹ ਕਰਕੇ ਆਏ ਵੱਡੇ, ਐਡਾ ਐਡਾ ਵੱਡਾ ਕੁੱਪਾ, ਆਹ ਆਹ ਆਹ, ਤੇ ਆਵਾਜ਼ ਪਰ ਕਿੱਦਾਂ ਆਵੇ ਸਦਕੇ ਓਏ, ਤੇ 3-400 ਨਿਕਲ ਗਈ ਓਏ ਓਏ, ਕਿਸੇ ਆਰੇ ਦੀ ਮੋਟਰੇ, ਆਰੇ ਦੀ ਮੋਟਰੇ, ਮੇਰੀ ਵੀ ਬਕਵਾਸ ਸੁਣ, ਇਹ ਮੈਂ ਤੇਰੀ ਗੱਡੀ ਚੋਂ ਨਿਕਲ ਫਸਲਾਂ ਨੂੰ ਮੂੰਹ ਕਰਨਾ, ਹਾਂਜੀ ਕਿਉਂ ਮੈਂ ਸੂਰ ਆ, ਫਸਲਾਂ ਨੂੰ ਕੱਲ ਮੂੰਹ ਕਰਨਾ ਓਏ, ਮੈਂ ਬ੍ਰਸ਼ਟ ਮਾਰਨੇ ਤੂੰ, ਅੱਛਾ ਟਰਮੀਨੇਟਰ ਰੈਂਬੋ, ਹਾਂ ਇੱਕ ਕੰਮ ਕਰੀ ਮੈਨੂੰ ਫੜ ਕੇ ਰੱਖੀ, ਕਿਉਂ ਕੋਈ ਬੰਦਾ ਮੈਨੂੰ ਗੋਲੀ ਸਮਝ ਕੇ ਨਾ ਵਿੱਚ ਚੜਾ ਕੇ ਤਾਂ ਫਾਇਰ ਕਰ ਦੇਵੇ, ਕਿਉਂਕਿ ਗੋਲੀ ਦਾ ਅੱਗੋਂ ਨਕਸ਼ ਰਹਿਣ ਤਾਂ ਮੇਰੇ ਨਕਸ਼ ਰਹਿਣ ਸੇਮ ਆ ਸਾਲਿਆ, ਇੰਨੇ ਬਰੀਕ ਆ ਦੋਵਾਂ ਦੇ, ਕੋਈ ਅਕਲ ਨੂੰ ਹੱਥ ਮਾਰ, ਵਿਆਹ ਦੇ ਉੱਤੇ ਯਾਰਾਂ ਨੂੰ ਲੈ ਕੇ ਜਾਈਦਾ ਉਹਨਾਂ ਦਾ ਮਾਣ ਵਧਾਉਣ ਲਈ, ਉਹਨਾਂ ਦੀ ਨਹੀਂ ਕਰਵਾਉਣ ਚਾਹੀਦੀ। ਮੀਨੇ ਤੇਰੀ ਫਾਇਰਿੰਗ ਇੰਨੀ ਹੋਵੇ ਬਾਅਦ ਚ ਪੰਜ ਪੰਜ ਹਜ਼ਾਰ ਦੇ ਨਿਆਣੇ ਖੋਲ ਵੇਚਣ, ਵਾਹ 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 ਵਾਹ, ਮੈਂ ਫਾਇਰਿੰਗ ਮੈਂ ਦੇਖੀ ਤੂੰ ਕੈਸੀ ਕਰਦਾ, ਹਾਂ ਇੱਥੋਂ ਸਾਡੇ ਤੈਨੂੰ ਬੇਰਾਂ ਦਾ ਪਤਾ ਬੇਰ, ਹਾਂ ਬੇਟੇ ਮੈਂ ਇੱਥੇ 20 ਰੁਪਏ ਦੇਣੇ ਆਪਣੇ ਲਾਗੇ ਹੀ ਨਾਲ ਪਿਛਲੀ ਪੈਲੀ ਚ, ਹੁਣ 20 ਰੁਪਏ ਦਾ ਮੈਨੂੰ ਤੋੜਾ ਭਰ ਦੇਣਾ ਬੇਰਾਂ ਦਾ, ਬੇਟੇ ਮੈਂ ਲਿਆ ਲਾ ਕੇ ਖਿੱਚ ਖਿੱਚ ਕੇ ਬੇਰ ਤੁਹਾਡੇ ਰਿਸ਼ਤੇਦਾਰ ਲੈਣਾ ਕਾਣੇ ਕਰ ਦਿੱਤੇ ਅੱਖਾਂ ਜੇ ਮਾਰ ਮਾਰ ਕੇ, ਹੁਣ ਕਹਿਣਾ ਬੇਟੇ ਆਹ ਕਿਹੜੀ ਗੱਲ ਆ, ਮੈਂ ਕਹਿਣਾ ਇਹ ਨਵੀਂ ਆਈ ਆ ਸਭ ਤੋਂ ਲੀਨ 7NM, ਐਡਾ ਐਡਾ ਮੋਟਾ ਫੈਰ ਲੈਣਾ ਬੇਟੇ ਮੈਂ ਮਾਰਿਆ ਗਿਟਕਾ ਸਮੇਤ, ਸਭ ਤੋਂ ਪਹਿਲੇ ਤੇਰਾ ਚਾਚਾ ਨਾ ਕਰਨਾ ਕਿਸੇ ਅੰਨੇ 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 ਦਾ ਖਾਨਦਾਨ ਹੋਣਾ ਤੁਹਾਡਾ, ਬੇਟੇ ਬੇਰ ਵੱਜਣਗੇ ਵੇਖੀ, ਜੇ ਬਹੁਤੀ ਗੱਲ ਆ ਤਾਂ ਮੈਨੂੰ ਦੱਸ, ਮੈਂ ਤੋਂ ਮੇਰੇ ਪਿੱਛੇ ਦਵਾਣੇ ਵੀ ਆ, ਦਵਾਣੇ ਲਿਆ ਕੇ ਮੈਂ ਦਵਾਣੇ ਮਾਰਾਂਗਾ, ਨਾਲੇ ਪਤਾ ਲੱਗੇਗਾ ਫੈਰ ਹੋਇਆ, ਨਾਲੇ ਪਤਾ ਲੱਗੇਗਾ ਖੂਨ ਵੀ ਨਿਕਲ ਆਇਆ, ਸਾਲਿਆ ਲਾਲੋ ਲਾਲ ਹੋ ਜਾਣਗੇ ਪੂਰੀ ਬਰਾਤ, ਜਿਹੜਾ ਫੜੋ ਲਾਲੋ ਲਾਲ, ਜਿਹੜਾ ਭੰਨੋ ਲਾਲੋ ਲਾਲ, ਫਲੂਟਰ ਦੀ ਹੋਏਗੀ ਉੱਥੇ ਫੈਰਿੰਗ, ਓਏ ਪਸਤੌਲ, ਮੈਂ ਕਾਪੀ ਤੇ ਬਣੀ ਹੋਵੇ ਨਾ ਤੇ ਮੈਂ ਕਾਪੀ ਨੂੰ ਹੱਥ ਨੀ ਲਾਉਣਾ, ਤੇ ਹਰੇ ਇਹ ਨਾ ਚੱਲ ਜਾਵੇ, ਮੈਨੂੰ ਅਸਲੀ ਕੁੱਪੇ ਚਲਾਉਂਦੇ ਆ, ਚੱਲ ਤੇ ਵਾਹ ਯਾ ਇੱਦਾਂ ਤੂੰ ਫੈਰ ਹੈਗੇ ਆ ਗਿਆ, ਝੂਠਾ ਦਾ ਸਰਦਾਰ ਚਬਲੂ ਪਾਜਾ। ਹਾਂਜੀ ਦੋਸਤੋ, ਵੀਡੀਓ ਕਿਵੇਂ ਲੱਗੀ ਆ? ਉਮੀਦ ਕਰਦੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ, ਤੇ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਨੈਕਸਟ ਵੀਡੀਓ ਤੁਸੀਂ ਕਿਹੜੀ ਦੇਖਣੀ ਚਾਹੁੰਦੇ ਹੋ ਉਹ ਵੀ ਕਮੈਂਟ ਕਰਕੇ ਨੀਚੇ ਜ਼ਰੂਰ ਦੱਸਿਓ।
ਤੇ ਲਾਈਕ ਤੇ ਸ਼ੇਅਰ ਕਰ ਦਿਓ। ਹਾਂ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ, ਮਿਲਦੇ ਫਿਰ ਹੋਰ ਦੂਸਰੇ ਕਿਸੇ ਵੀਡੀਓ ਵਧੀਆ ਵੀਡੀਓ ਦੇ ਨਾਲ। ਅਸਲਾਮ ਵਾਲੇਕੁਮ।